ਹੈਲੋ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਕਿਚਨ 'ਤੇ। ਅਸੀਂ ਅੱਜ ਤੁਹਾਨੂੰ ਮੂਲੀਆਂ ਦੀ ਪਰੌਂਠੀ ਬਣਾਉਣੀ ਦੱਸਾਂਗੇ। ਇਹ ਸਾਡੇ ਕੋਲ ਮੂਲੀਆਂ ਜੀ, ਅਤੇ ਪਹਿਲਾਂ ਅਸੀਂ ਇਹਨਾਂ ਨੂੰ ਛਿੱਲ ਲਾਂਗੇ। ਛਿੱਲਣ ਤੋਂ ਬਾਅਦ ਫਿਰ ਅਸੀਂ ਇਹਨੂੰ ਕੱਦੂਕਸ ਕਰਾਂਗੇ। ਛਿੱਲਣ ਲਈ ਅਸੀਂ ਇਹਨੂੰ ਇਹ ਪਿੱਲਰ ਯੂਜ ਕਰਦੇ ਹਾਂ। ਇਹਦੇ ਨਾਲ ਬਹੁਤ ਅੱਛੀਆਂ ਛਿੱਲੀਆਂ ਜਾਂਦੀਆਂ ਮੂਲੀਆਂ। ਚਾਕੂ ਨਾਲੋਂ ਛਿੱਲਣ ਦੀ ਬਜਾਏ ਇਹਦੇ ਨਾਲ ਛਿੱਲਣਾ ਚਾਹੀਦਾ। ਅਤੇ ਹੁਣ ਅਸੀਂ ਮੂਲੀਆਂ ਛਿੱਲਣੀਆਂ, ਅਤੇ ਹੁਣ ਅਸੀਂ ਇਹਨੂੰ ਕੱਦੂਕਸ ਦੇ ਆ ਮੋਟੇ ਸਾਈਡ ਵਾਲੀ ਸਾਈਡ ਕਰਾਂਗੇ, ਕਿਉਂਕਿ ਇੱਧਰ ਜ਼ਿਆਦਾ ਬਰੀਕ ਹੋ ਜਾਂਦਾ ਇੱਧਰਲੀ ਸਾਈਡ ਤੋਂ। ਇਹ ਵਾਲੀ ਸਾਈਡ ਬਹੁਤ ਬਰੀਕ ਕਰ ਦਿੰਦੀ ਹੈ। ਇਹ ਵਾਲੀ ਸਾਈਡ ਚਿਪਸ ਵਗੈਰਾ ਬਣਾਉਣ ਵਾਸਤੇ ਹੁੰਦੀ, ਜਿਵੇਂ ਆਲੂਆਂ ਦੇ ਆਪਾਂ ਚਿਪਸ ਵਗੈਰਾ ਬਣਾਉਣੇ ਹੁੰਦੇ ਆ। ਇਹ ਹੋਰ ਵੀ ਬਰੀਕ ਸਾਈਡ ਆ, ਅਤੇ ਸਭ ਤੋਂ ਵਧੀਆ ਤਾਂ ਇਹ ਸਾਈਡ ਆ ਜਿਹਦੇ ਨਾਲ ਅਸੀਂ ਮੂਲੀਆਂ ਕੱਦੂਕਸ ਕਰਨੀਆਂ। ਹੁਣ ਅਸੀਂ ਸਾਰੀਆਂ ਕੱਦੂਕਸ ਕਰਨੀਆਂ ਮੂਲੀਆਂ, ਅਤੇ ਹੁਣ ਅਸੀਂ ਇਹਨਾਂ ਨੂੰ ਨਿਚੋੜ ਲਾਂਗੇ, ਕਿਉਂਕਿ ਜੇ ਅਸੀਂ ਪਾਣੀ ਦੇ ਵਿੱਚ ਨਮਕ ਮਿਰਚ ਪਾ ਦਈਏ ਤਾਂ ਸਾਰਾ ਪਾਣੀ ਬਾਹਰ ਨਿਕਲ ਜਾਂਦਾ, ਰੋਟੀ ਬਣਾਉਣੀ ਮੁਸ਼ਕਲ ਹੋ ਜਾਂਦੀ ਹੈ। ਅਤੇ ਹੁਣ ਅਸੀਂ ਇਹਨੂੰ ਪਾਣੀ ਨਿਕਾਲ ਦੇਵਾਂਗੇ ਇਹਦਾ। ਮੂਲੀਆਂ ਕੱਦੂਕਸ ਹੋ ਗਈਆਂ, ਅਤੇ ਹੁਣ ਅਸੀਂ ਇਹਦਾ ਪਾਣੀ ਨਿਕਾਲ ਰਹੇ ਹਾਂ। ਇੱਦਾਂ ਦੋਨਾਂ ਹੱਥਾਂ ਵਿੱਚ ਲੈ ਕੇ ਨਿਕਾਲਿਆ ਜਾ ਰਿਹਾ। ਦੋ ਤਰ੍ਹਾਂ ਕੱਢਿਆ ਜਾ ਸਕਦਾ, ਇੱਕ ਕੱਪੜੇ 'ਚ ਪਾ ਕੇ ਵੀ ਕੱਢ ਸਕਦੇ ਹਾਂ ਤੁਸੀਂ, ਅਤੇ ਇਸ ਤਰ੍ਹਾਂ ਵੀ ਤੁਸੀਂ ਪਾਣੀ ਨਿਕਾਲ ਸਕਦੇ ਹਾਂ। ਪਾਣੀ ਨਿਕਾਲਣਾ ਜ਼ਰੂਰੀ ਆ, ਨਹੀਂ ਤਾਂ ਇਹਦੇ ਵਿੱਚ ਲੂਣ ਮਿਰਚ ਪਰੌਂਠੀ ਬਣਾਉਣੀ ਬੜੀ ਮੁਸ਼ਕਲ ਹੋਏਗੀ। ਇਸ ਤਰ੍ਹਾਂ ਅਸੀਂ ਸਾਰਾ ਨਿਚੋੜ ਲੈਣਾ। ਦੇਖੋ ਕਿੰਨਾ ਡਰਾਈ ਡਰਾਈ ਜਿਹਾ ਹੋ ਗਿਆ। ਸੁੱਕੀ ਮੇਥੀ ਪਾ ਸਕਦੇ ਹਾਂ ਜੀ ਅਸੀਂ ਵਿੱਚ, ਅਤੇ ਸੁੱਕੀ ਮੇਥੀ ਦੇ ਨਾਲ ਅਸੀਂ ਥੋੜ੍ਹਾ ਜਿਹਾ ਜੀਰਾ ਵੀ ਐਡ ਕਰ ਲਓ, ਅਤੇ ਲਾਲ ਮਿਰਚ ਵੀ ਲਾਲ ਮਿਰਚ ਵੀ ਪਾ ਲਓ, ਅਤੇ ਨਮਕ ਆਪਣੇ ਟੇਸਟ ਮੁਤਾਬਕ, ਨਮਕ ਜਿੰਨਾ ਤੁਸੀਂ ਆਪਣਾ ਚਾਹੁੰਦੇ ਹੋ ਉਨੀ ਪਸੰਦ ਦਾ ਨਮਕ ਪਾ ਸਕਦੇ ਹਾਂ। ਥੋੜ੍ਹਾ ਜਿਹਾ ਧਨੀਆ ਵੀ ਐਡ ਕਰ ਲੈਂਦੇ ਸੁੱਕਾ। ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੀਆਂ ਚੀਜ਼ਾਂ ਨੂੰ ਹੁਣ ਮੂਲੀਆਂ ਦੇ ਵਿੱਚ ਪਾ ਕੇ। ਦੋ ਬਣਾ ਕੇ ਨਾ ਪਤਲੇ ਪਤਲੀ ਰੋਟੀ ਉਹਦੇ ਵਿੱਚ ਅਸੀਂ ਪਾਉਂਦੇ ਹਾਂ ਜੀ, ਕਈ ਇੱਕ ਦੇ ਵਿੱਚ ਵੀ ਪਾ ਲੈਂਦੇ ਆ। ਇਸ ਤਰ੍ਹਾਂ ਪਹਿਲਾਂ ਇੱਕ ਬਣਾ ਲਓ, ਫਿਰ ਉਸ ਤਰ੍ਹਾਂ ਇੱਕ ਸੇਮ ਸਾਈਜ਼ ਦੀ ਬਣਾ ਲਓ, ਅਤੇ ਉਹਨਾਂ ਦੋਨਾਂ ਨੂੰ ਮਿਕਸ ਕਰ ਲਓ। ਇਸ ਤਰ੍ਹਾਂ ਬਹੁਤ ਵਧੀਆ ਪਰੌਂਠੀ ਬਣਦੀ ਹੈ ਜੀ ਮੂਲੀ ਵਾਲੀ। ਅੱਜ ਕੱਲ੍ਹ ਮੂਲੀਆਂ ਦਾ ਮੌਸਮ ਆ ਜੀ, ਬਹੁਤ ਵਧੀਆ ਦਹੀਂ ਦੇ ਨਾਲ ਮੂਲੀ ਦੀ ਪਰੌਂਠੀ ਨਾਲ ਮੱਖਣ ਬਹੁਤ ਵਧੀਆ ਟੇਸਟ ਆਉਂਦਾ। ਸੁੱਕੀਆਂ ਸੁੱਕੀਆਂ ਬਣ ਜਾਂਦੀਆਂ।
ਹਾਂਜੀ, ਮੂਲੀ ਦੀ ਪਰੌਂਠੀ ਬਣ ਕੇ ਤਿਆਰ ਹੋ ਗਈ ਹੈ ਜੀ, ਨਾਲ ਮੱਖਣ ਦਹੀਂ। ਅਤੇ ਤੁਸੀਂ ਦੱਸੋ ਵੀ ਕਿਵੇਂ ਲੱਗੀ ਤੁਹਾਨੂੰ? ਮੂਲੀ ਦੀ ਪਰੌਂਠੀ ਇੱਕਦਮ ਵਧੀਆ ਬਣੀ ਹੈ ਜੀ, ਪਰ ਇਹ ਖੁੱਲ੍ਹੀ ਜਾਂਦੀ ਹੈ, ਬਹੁਤ ਵਧੀਆ ਬਣੀ ਹੈ। ਦੇਖੋ ਕਿੰਨੀ ਵਧੀਆ ਮੱਖਣ ਲਾ ਕੇ ਖਾ ਰਿਹਾ ਮੈਂ। ਆਹ ਵੇਖੋ, ਤੁਸੀਂ ਵੀ ਇੱਦਾਂ ਦੀ ਬਣਾਓ ਅਤੇ ਖਾਓ। ਮੱਖਣ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ। ਅਤੇ ਵੀਰ ਜੀ, ਤੁਸੀਂ ਵੀ ਖਾ ਲਓ। ਖਾਓ ਜੀ, ਇਹ ਬੱਚਾ ਵੀ ਖਾਏਗਾ ਜੀ ਹੁਣ ਮੂਲੀ ਦੀ। ਤੁਸੀਂ ਵੀ ਘਰ ਬਣਾਉਣਾ ਜੀ। ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਕਮੈਂਟ ਵਿੱਚ ਦੱਸਣਾ ਜੀ, ਕਮੈਂਟ ਬਾਕਸ ਵਿੱਚ ਦੱਸਣਾ ਕਿ ਤੁਹਾਨੂੰ ਮੂਲੀ ਦੀ ਪਰੌਂਠੀ ਤੁਸੀਂ ਕਿਵੇਂ ਬਣਾਉਣੀ ਹੈ। ਤੁਸੀਂ ਆਪਣਾ ਤਰੀਕਾ ਸਾਨੂੰ ਦੱਸਣਾ ਜੀ ਜ਼ਰੂਰ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ, ਤਦ ਤੱਕ ਸਤਿ ਸ਼੍ਰੀ ਅਕਾਲ ਜੀ।